ਸ੍ਰੀ ਅਕਾਲ ਜੀ ਸਾਰਿਆਂ ਨੂੰ ਸਟੱਡੀ ਅਤੇ ਇਨਫੋ ਵਿੱਚ ਤੁਹਾਡਾ ਸਵਾਗਤ ਹੈ। ਜਿਵੇਂ ਕਿ ਤੁਹਾਨੂੰ ਪਤਾ ਹੈ ਕਿ ਅਸੀਂ ਤੁਹਾਨੂੰ ਪੰਜਾਬ ਪੁਲਿਸ ਦੇ ਪੇਪਰ ਦੀ ਤਿਆਰੀ ਕਰਵਾ ਰਹੇ ਹਾਂ। ਪੰਜਾਬ ਪੁਲਿਸ ਦੇ ਪੇਪਰ ਵਿੱਚ ਤੁਹਾਡੇ 5 ਨੰਬਰ ਦਾ ਜਿਹੜਾ ਕੰਪਿਊਟਰ ਆਉਣਾ ਹੈ, ਠੀਕ ਹੈ, ਇਹ ਬਹੁਤ ਹੀ ਸੌਖੇ ਕੁਐਸਚਨ ਹੋਣਗੇ। ਇਹ 5 ਨੰਬਰ ਬਿਲਕੁਲ ਤੁਹਾਡੇ ਪੱਕੇ ਹੋ ਜਾਣਗੇ, ਇਸ ਲਈ ਇਹਨਾਂ 5 ਨੰਬਰਾਂ ਨੂੰ ਨਾ ਛੱਡਿਓ, ਕਿਉਂਕਿ ਬਿਲਕੁਲ ਬੇਸਿਕ ਜਿਹਾ ਕੰਪਿਊਟਰ ਆਉਣਾ ਹੈ। ਇੰਨਾ ਕੁ ਸਾਰਿਆਂ ਨੂੰ ਹੀ ਪਤਾ ਹੁੰਦਾ ਹੈ, ਇਸ ਕਰਕੇ ਮਤਲਬ ਇੱਕ ਤਰ੍ਹਾਂ ਨਾਲ ਤੁਹਾਡੇ ਲੂੰਘੇ ਦੇ ਹੀ ਨੰਬਰ ਹਨ, ਠੀਕ ਹੈ। ਇਸ ਲਈ ਸਾਰੇ ਜਣੇ ਇਸ ਦੀ ਤਿਆਰੀ ਜ਼ਰੂਰ ਕਰਿਓ, ਪੂਰੀ ਵੀਡੀਓ ਧਿਆਨ ਨਾਲ ਦੇਖਿਓ। 20 ਕੁਐਸਚਨ ਕਰਵਾਵਾਂਗੇ ਤੁਹਾਨੂੰ, ਠੀਕ ਹੈ, ਇਸੇ ਤਰ੍ਹਾਂ ਦੀ ਸੀਰੀਜ਼ ਵਿੱਚ ਹੋਰ ਆਉਂਦੇ ਰਹਿਣਗੇ ਅੱਗੇ। ਸਭ ਤੋਂ ਪਹਿਲਾਂ ਦੇਖੋ ਤੁਸੀਂ, ਅਸੀਂ ਤੁਹਾਨੂੰ ਜਿਵੇਂ ਕਿ GK ਦੇ ਸੰਬੰਧ ਵਿੱਚ ਪਲੇਲਿਸਟ ਬਣੀ ਹੋਈ ਹੈ ਪੰਜਾਬ GK ਦੀ, ਠੀਕ ਹੈ, ਤੁਸੀਂ ਚੈਨਲ ਉੱਤੇ ਜਾ ਕੇ ਦੇਖ ਸਕਦੇ ਹੋ, ਜਾਂ ਫਿਰ ਇਸ ਵੀਡੀਓ ਦੇ ਡਿਸਕ੍ਰਿਪਸ਼ਨ ਬਾਕਸ 'ਚ ਉਸਦਾ ਲਿੰਕ ਮਿਲ ਜਾਵੇਗਾ, ਉੱਥੋਂ ਤੁਸੀਂ ਦੇਖ ਸਕਦੇ ਹੋ, ਠੀਕ ਹੈ, ਤਾਂ ਕਿ ਤੁਹਾਨੂੰ ਮਤਲਬ ਕਿ ਪੰਜਾਬ GK ਦੀ ਤਿਆਰੀ ਹੋ ਜਾਵੇ। ਕੋਨਸਟੀਟਿਊਸ਼ਨ ਦੀ ਅੱਗੇ ਵੀਡੀਓ ਆ ਰਹੀਆਂ ਹਨ, ਠੀਕ ਹੈ, ਪੰਜਾਬੀ ਗ੍ਰਾਮਰ ਦੀ ਅਸੀਂ ਕੰਟੀਨਿਊ ਕਰਾਵਾਂਗੇ ਇਸ ਤਰ੍ਹਾਂ, ਠੀਕ ਹੈ, ਪੂਰੀ ਸਾਰਾ ਕੁਝ ਤੁਸੀਂ ਤੁਹਾਨੂੰ ਮਤਲਬ ਕਿ ਚੈਨਲ ਉੱਤੇ ਮਿਲੇਗਾ। ਤੁਸੀਂ ਚੈਨਲ ਉੱਤੇ ਜਿੰਨੀਆਂ ਪਲੇਲਿਸਟਾਂ ਬਣੀਆਂ ਹੋਣ ਪੰਜਾਬ ਪੁਲਿਸ ਦੇ ਸੰਬੰਧ 'ਚੋਂ ਦੇਖ ਕੇ ਆਪਣੀ ਤਿਆਰੀ ਕਰ ਸਕਦੇ ਹੋ। ਪਲੇਲਿਸਟਾਂ ਦਾ ਲਿੰਕ ਤੁਹਾਨੂੰ ਡਿਸਕ੍ਰਿਪਸ਼ਨ ਬਾਕਸ 'ਚ ਮਿਲ ਜਾਣਗੇ, ਅਤੇ ਉਹ ਪ੍ਰਾਈਵੇਟ ਨੰਬਰ ਤੋਂ ਲਿੰਕ ਮਿਲ ਜਾਵੇਗਾ। ਇਸ ਤੋਂ ਇਲਾਵਾ ਟੈਲੀਗ੍ਰਾਮ ਅਤੇ ਇੰਸਟਾਗ੍ਰਾਮ ਨੂੰ ਸਾਡੇ ਜੁਆਇਨ ਕਰ ਲਿਓ, ਜਿਨ੍ਹਾਂ ਦੇ ਲਿੰਕ ਤੁਹਾਨੂੰ ਡਿਸਕ੍ਰਿਪਸ਼ਨ ਬਾਕਸ 'ਚ ਮਿਲ ਜਾਣਗੇ, ਕਿਉਂਕਿ ਉਹਨਾਂ ਅਸੀਂ ਜਿਹੜੇ ਲੇਟੈਸਟ ਅਪਡੇਟਾਂ ਤੁਹਾਡੇ ਉਹ ਪਾਉਂਦੇ ਰਹਿੰਦੇ ਹਾਂ। ਚਲੋ ਹੁਣ ਆਪਾਂ ਅੱਜ ਦੀ ਵੀਡੀਓ ਸ਼ੁਰੂ ਕਰਦੇ ਹਾਂ ਕੰਪਿਊਟਰ ਦੇ ਕੁਐਸਚਨ, ਠੀਕ ਹੈ। ਸਭ ਤੋਂ ਪਹਿਲਾਂ ਆਪਣੇ ਕੋਲ ਆਉਂਦਾ ਇਹਨਾਂ ਵਿੱਚੋਂ ਕਿਹੜਾ MS ਪੈਕਜ ਪ੍ਰੋਗਰਾਮ ਨਹੀਂ ਹੈ। 4 ਆਪਸ਼ਨ ਹੈ ਤੁਹਾਡੇ ਕੋਲ, MS ਵਰਡ, MS ਐਕਸਲ, MS ਐਕਸੈਸ ਜਾਂ ਵਰਡ ਪੈਡ। ਆਪਾਂ ਦੱਸਣਾ ਕਿ ਕਿਹੜਾ MS ਪੈਕੇਜ ਹੈ ਜਿਹੜਾ ਉਹ ਨਹੀਂ ਹੈ। ਬਹੁਤ ਹੀ ਸਿੰਪਲ ਕੁਐਸਚਨ ਹੈ, ਇਸੇ ਤਰ੍ਹਾਂ ਦੇ ਬੇਸਿਕ ਕੁਐਸਚਨ ਜਿਹੜੇ ਤੁਹਾਨੂੰ ਆਉਣੇ ਵਾਲੇ ਆ, ਠੀਕ ਹੈ। ਸਹੀ ਆਂਸਰ ਦੱਸੋ ਇਸਦਾ, ਸਹੀ ਆਂਸਰ ਹੈ ਵਰਡ ਪੈਡ, ਠੀਕ ਹੈ। ਤੁਹਾਨੂੰ ਪਤਾ ਹੀ ਹੈ ਕਿ ਤਿੰਨੇ MS ਵਰਡ, MS ਐਕਸਲ ਅਤੇ MS ਐਕਸੈਸ ਤਿੰਨੇ ਜਿਹੜੇ MS ਪੈਕੇਜ ਨੇ, ਅਤੇ ਵਰਡ ਪੈਡ ਹੈ ਜਿਹੜਾ ਉਹ MS ਪੈਕੇਜ ਨਹੀਂ ਹੈ, ਠੀਕ ਹੈ। ਅਗਲਾ ਕੁਐਸਚਨ ਆਪਣੇ ਕੋਲ, MS ਐਕਸੈਸ ਇੱਕ ਪ੍ਰੋਗਰਾਮ ਹੈ, ਦੱਸਣਾ ਤੁਸੀਂ ਕਿਹੜਾ ਪ੍ਰੋਗਰਾਮ ਹੈ, ਠੀਕ ਹੈ। ਡਾਟਾਬੇਸ, ਪ੍ਰੈਜੈਂਟੇਸ਼ਨ, ਵਰਡ ਜਾਂ ਸਪਰੈਡਸ਼ੀਟ, ਠੀਕ ਹੈ, ਦੱਸੋ ਇਹਨਾਂ ਵਿੱਚੋਂ ਕਿਹੜਾ ਹੈ ਸਹੀ ਆਂਸਰ। ਬਿਲਕੁਲ ਬੇਸਿਕ ਕੁਐਸਚਨ ਹੈ, ਸਹੀ ਆਂਸਰ ਇੱਥੇ ਹੋਵੇਗਾ ਡਾਟਾਬੇਸ ਪ੍ਰੋਗਰਾਮ ਹੈ, ਠੀਕ ਹੈ। ਹੁਣ ਮੈਂ ਤੁਹਾਨੂੰ ਦੱਸ ਦਵਾਂ ਕਿ ਜਿਹੜਾ MS ਐਕਸੈਸ ਹੈ ਇਹ ਡਾਟਾਬੇਸ ਪ੍ਰੋਗਰਾਮ ਹੁੰਦਾ ਹੈ, ਠੀਕ ਹੈ। ਇਸੇ ਤਰ੍ਹਾਂ ਜੇ ਪ੍ਰੈਜੈਂਟੇਸ਼ਨ ਪੁੱਛੇ ਤਾਂ ਪ੍ਰੈਜੈਂਟੇਸ਼ਨ ਜਿਹੜਾ ਹੈ MS ਪਾਵਰ ਪੁਆਇੰਟ ਹੁੰਦਾ ਹੈ, ਠੀਕ ਹੈ। MS ਪਾਵਰ ਪੁਆਇੰਟ ਹੈ ਜਿਹੜਾ ਉਹ ਪ੍ਰੈਜੈਂਟੇਸ਼ਨ ਹੋਵੇਗਾ, ਅਤੇ ਜਿਹੜਾ ਵਰਡ ਹੈ ਉਹ MS ਵਰਡ ਹੋਏਗਾ, ਠੀਕ ਹੈ। MS ਵਰਡ ਇਹ ਸਾਰੇ ਤੁਹਾਨੂੰ ਪਤਾ ਹੋਣਾ ਚਾਹੀਦੇ ਬੇਸਿਕ ਜਿਹੀ ਚੀਜ਼ਾਂ, ਅਤੇ ਜਿਹੜਾ ਸਪਰੈਡਸ਼ੀਟ ਹੈ ਉਹ MS ਐਕਸਲ ਹੁੰਦੀ ਹੈ, ਠੀਕ ਹੈ, MS ਐਕਸਲ, ਠੀਕ ਹੈ। ਇਹ ਸਾਰੇ ਤੁਸੀਂ ਯਾਦ ਰੱਖਣੇ ਆ, ਪੇਪਰ 'ਚ ਜ਼ਰੂਰ ਆਉਣਗੇ, ਠੀਕ ਹੈ। ਅਗਲਾ ਕੁਐਸਚਨ ਆਪਣੇ ਕੋਲ, MS ਵਰਡ ਵਿੱਚ ਪ੍ਰਯੋਗ ਕੀਤਾ ਜਾਂਦਾ ਹੈ, ਠੀਕ ਹੈ। ਹੁਣੇ ਤੁਹਾਨੂੰ ਦੱਸ ਕੇ ਹਟਿਆ, ਸਹੀ ਆਂਸਰ ਦੱਸੋ ਇਸ ਵੇਲੇ। 4 ਆਪਸ਼ਨ ਤੁਹਾਡੇ ਸਾਹਮਣੇ ਨੇ, ਠੀਕ ਹੈ, ਪਹਿਲਾਂ ਖੁਦ ਆਂਸਰ ਦੇਣ ਦੀ ਕੋਸ਼ਿਸ਼ ਕਰਿਆ ਕਰੋ, ਫਿਰ ਆਂਸਰ ਦੇਖਿਆ ਕਰੋ ਕੀ ਬਣਦਾ ਹੈ। ਸਹੀ ਆਂਸਰ ਹੋਵੇਗਾ ਇਸ ਵਿੱਚ ਪੈਰਾ ਡਾਟਾ ਸੰਸ਼ੋਧਨ ਦੇ ਲਈ, ਠੀਕ ਹੈ। MS ਵਰਡ ਵਿੱਚ ਪ੍ਰਯੋਗ ਕੀਤਾ ਜਾਂਦਾ ਹੈ ਜਿਹੜਾ ਪੈਰਾ ਡਾਟਾ ਹੈ ਉਹ ਸੰਸ਼ੋਧਨ ਦੇ ਲਈ ਪ੍ਰਯੋਗ ਕੀਤਾ ਜਾਂਦਾ ਹੈ। ਅਗਲਾ ਕੁਐਸਚਨ ਆਪਣੇ ਕੋਲ, MS ਵਰਡ ਦੇ ਪੈਰੇ ਦੀ ਸੈਟਿੰਗ ਵਿੱਚ ਖੱਬੇ ਜਾਂ ਸੱਜੇ ਪਾਸੇ ਹਾਸ਼ੀਏ ਦੇ ਨਾਲ ਜਗ੍ਹਾ ਖਾਲੀ ਛੱਡਣ ਵਿੱਚ ਕਿਸ ਤੋਂ ਦੂਰੀ ਨਿਰਧਾਰਿਤ ਕੀਤੀ ਜਾਂਦੀ ਹੈ, ਠੀਕ ਹੈ। 4 ਆਪਸ਼ਨ ਹੈ ਤੁਹਾਡੇ ਕੋਲ, ਬਹੁਤ ਕਾਮਨ ਜਿਹਾ ਕੁਐਸਚਨ ਇਹ ਵੀ, ਜਿਹੜੀ ਖੱਬੇ ਜਾਂ ਸੱਜੇ ਪਾਸੇ, ਪੰਜਾਬੀ ਵਿੱਚ ਲਿਖਣ ਨਾਲ ਥੋੜ੍ਹੀ ਜਿਹੀ ਗੜਬੜੀ ਹੋ ਜਾਂਦੀ ਹੈ ਕੁਐਸਚਨ ਵਿੱਚ, ਜਿਹੜੀ ਖੱਬੇ ਜਾਂ ਸੱਜੇ ਪਾਸੇ ਜਿਹੜੀ ਆਪਾਂ ਵਿੜਥ ਛੱਡਦੇ ਹਾਂ, ਠੀਕ ਹੈ, MS ਵਰਡ ਵਿੱਚ ਉਹ ਕਿਹਦੇ ਨਾਲ ਹੀ ਨਿਰਧਾਰਿਤ ਹੁੰਦੀ ਹੈ। ਆਪਸ਼ਨ ਤੁਹਾਡੀ ਸਕਰੀਨ ਉੱਤੇ ਨੇ, ਸਹੀ ਆਂਸਰ ਹੈ ਇਸਦਾ ਖੱਬਾ ਜਾਂ ਸੱਜਾ ਹਾਸ਼ੀਆ, ਠੀਕ ਹੈ। ਅਗਲਾ ਕੁਐਸਚਨ ਆਪਣੇ ਕੋਲ, MS ਆਫਿਸ ਵਿੱਚ ਫਾਰੈਸਟ ਪੇਂਟਰ ਦੀ ਵਰਤੋਂ ਕਿਸ ਵਾਸਤੇ ਕੀਤੀ ਜਾਂਦੀ ਹੈ, ਠੀਕ ਹੈ, ਸਹੀ ਆਂਸਰ ਦੱਸਣਾ ਤੁਸੀਂ। 4 ਆਪਸ਼ਨ ਤੁਹਾਡੀ ਸਕਰੀਨ ਉੱਤੇ ਨੇ, ਸਹੀ ਆਂਸਰ ਹੋਵੇਗਾ ਇਸ ਵਿੱਚ ਇੱਕ ਥਾਂ ਤੋਂ ਦੂਜੀ ਥਾਂ ਕਾਪੀ ਅਤੇ ਫਾਰਮੈਟ ਕਰਨ ਲਈ, ਠੀਕ ਹੈ। ਇਸ ਵਿੱਚ ਫੋਰੈਸਟ ਪੇਂਟਰ ਹੈ ਜਿਹੜਾ ਉਸਦੀ ਵਰਤੋਂ ਤਾਂ ਕੀਤੀ ਜਾਂਦੀ ਹੈ ਇੱਕ ਥਾਂ ਤੋਂ ਦੂਜੀ ਥਾਂ ਕਾਪੀ ਫਾਰਮੈਟ ਕਰਨ ਲਈ, ਠੀਕ ਹੈ। ਅਗਲਾ ਕੁਐਸਚਨ ਆਪਣੇ ਕੋਲ, ਹਾਰਡਵੇਅਰ ਦੱਸਣਾ ਇਹਨਾਂ ਵਿੱਚੋਂ ਕਿਹੜਾ ਨਹੀਂ ਹੈ, ਕਿ ਹਾਰਡ ਡਿਸਕ, ਰੈਮ, ਪ੍ਰੋਸੈਸਰ ਜਾਂ MS ਆਫਿਸ। ਪਤਾ ਹੋਣਾ ਚਾਹੀਦਾ ਤੁਹਾਨੂੰ ਸਾਰਿਆਂ ਨੂੰ ਇਹ ਕੁਐਸਚਨ। ਸਹੀ ਆਂਸਰ ਹੈ ਇਸਦਾ MS ਆਫਿਸ ਹੈ ਜਿਹੜਾ ਇਹ ਇੱਕ ਐਪਲੀਕੇਸ਼ਨ ਹੈ, ਠੀਕ ਹੈ, ਐਪਲੀਕੇਸ਼ਨ ਸੋਫਟਵੇਅਰ ਹੈ, ਠੀਕ ਹੈ, ਸੋਫਟਵੇਅਰ ਹੈ ਇਹ ਤਿੰਨੇ ਜਿਹੜੇ ਇਹ ਹਾਰਡਵੇਅਰ ਨੇ, ਠੀਕ ਹੈ। ਅਗਲਾ ਕੁਐਸਚਨ, ਹੁਣ ਤੁਸੀਂ ਕਹੋਗੇ ਪ੍ਰੋਸੈਸਰ ਵੀ ਸੋਫਟਵੇਅਰ ਹੁੰਦਾ ਹੈ, ਪ੍ਰੋਸੈਸਰ ਜਿਹੜਾ ਸਿਸਟਮ ਸੋਫਟਵੇਅਰ ਹੁੰਦਾ ਹੈ, ਠੀਕ ਹੈ, ਪਰੰਤੂ ਜਿਹੜਾ ਇੱਕ ਮਤਲਬ ਕਿ ਫਿਜ਼ੀਕਲ ਤੌਰ 'ਤੇ ਜੇ ਆਪਾਂ ਨੂੰ ਦੇਖੀਏ ਉਹਨੂੰ ਤਾਂ ਇਹ ਹਾਰਡਵੇਅਰ ਵੀ ਹੈ, ਠੀਕ ਹੈ। ਅਗਲਾ ਕੁਐਸਚਨ ਜਿਹੜਾ ਆਪਣੇ ਕੋਲ ਆ ਗਿਆ, MS ਪਾਵਰ ਪੁਆਇੰਟ ਵਿੱਚ ਗਤੀ ਮਾਰਗ ਦੀ ਹੈ, ਮੈਂ ਦੱਸਣਾ ਤੁਸੀਂ 4 ਆਪਸ਼ਨਾਂ ਵਿੱਚੋਂ। ਸਲਾਈਡ ਉੱਪਰ ਮੱਦਾਂ ਨੂੰ ਚਲਾਉਣ ਦੀ ਵਿਧੀ, ਠੀਕ ਹੈ, ਪੰਜਾਬੀ ਵਿੱਚ ਲਿਖਿਆ ਹੋਇਆ ਇਸ ਕਰਕੇ ਥੋੜ੍ਹਾ ਕਨਫਿਊਜ਼ਿਵ ਹੁੰਦਾ ਹੈ, ਇਸ ਵਿੱਚ ਮਤਲਬ ਕਿ ਆਪਣਾ ਧਿਆਨ ਨਾ ਭਟਕਾਇਓ, ਜਿਨ੍ਹਾਂ ਨੇ ਇੰਗਲਿਸ਼ ਵਿੱਚ ਕੀਤਾ ਹੋਇਆ ਤਾਂ ਉਹ ਇੰਗਲਿਸ਼ ਵਿੱਚ ਹੀ ਕਰਨ, ਠੀਕ ਹੈ। ਅਗਲਾ ਕੁਐਸਚਨ ਹੈ, MS ਪਾਵਰ ਪੁਆਇੰਟ ਦੇ ਕੇਸ ਵਿੱਚ ਕਿਹੜੀ ਕੀ ਸਲਾਈਡ ਪ੍ਰਦਰਸ਼ਨ ਵਿੱਚ ਸਲਾਈਡਾਂ ਨੂੰ ਅੱਗੇ ਨਹੀਂ ਕਰਦੀ, ਸਹੀ ਆਂਸਰ ਦੱਸਣਾ ਤੁਸੀਂ ਇਸ ਵਿੱਚ। ਸਹੀ ਆਂਸਰ ਹੋਵੇਗਾ ਇਸਕੇਪ ਕੀ, ਠੀਕ ਹੈ। ਅਗਲਾ ਕੁਐਸਚਨ, ਦਫ਼ਤਰੀ ਆਟੋਮੇਸ਼ਨ ਇੱਕ ਪ੍ਰਣਾਲੀ ਹੈ ਜਿਸ ਵਿੱਚ ਸ਼ਾਮਿਲ ਹੁੰਦੇ ਹਨ, ਕੀ ਸ਼ਾਮਿਲ ਹੁੰਦੇ ਦੱਸਣਾ ਆਪਾਂ ਨੇ, ਸਹੀ ਆਂਸਰ ਹੋਵੇਗਾ ਲੋਕ ਕਾਰਜ ਵਿਧੀ ਅਤੇ ਤਕਨੋਲੋਜੀ, ਠੀਕ ਹੈ। ਅਗਲਾ ਕੁਐਸਚਨ ਆਪਣੇ ਕੋਲ,
ਵਿੱਚ ਕਿਸੇ ਦਸਤਾਵੇਜ਼ ਵਿੱਚ ਕੰਟੈਂਟਸ ਦੀ ਕਾਪੀ ਕੀਤੀ ਗਈ ਪੇਸਟਿੰਗ ਲਈ ਸ਼ਾਰਟਕੱਟ ਕੀ ਹੈ। ਠੀਕ ਹੈ, ਜਦੋਂ ਆਪਾਂ ਕੋਈ ਕੰਟੈਂਟ ਕਾਪੀ ਕਰ ਲਿਆ ਤਾਂ ਉਸ ਤੋਂ ਬਾਅਦ ਉਸਦੀ ਪੇਸਟ ਕਰਨ ਨੂੰ ਆਪਾਂ ਨੇ ਤਾਂ ਉਹਦਾ ਸ਼ਾਰਟਕੱਟ ਦੱਸਣਾ ਆਪਾਂ ਨੇ ਕੀ ਹੋਵੇਗਾ, ਪਤਾ ਹੋਣਾ ਚਾਹੀਦਾ ਸਾਰਿਆਂ ਨੂੰ। ਸਹੀ ਆਂਸਰ ਹੈ ਕੰਟਰੋਲ ਪਲੱਸ ਵੀ। ਠੀਕ ਹੈ, ਹੁਣ ਮੈਂ ਦੱਸਦਾ ਤੁਹਾਨੂੰ ਇੱਥੇ ਕੰਟਰੋਲ ਪਲੱਸ ਐੱਸ ਹੈ ਜਿਹੜਾ ਇਹ ਸੇਵ ਕਰਨ ਦੇ ਲਈ ਵਰਤਿਆ ਜਾਂਦਾ ਹੈ। ਠੀਕ ਹੈ, ਕੰਟਰੋਲ ਪਲੱਸ ਸੀ ਹੈ ਜਿਹੜਾ ਇਹ ਕਾਪੀ ਦੇ ਲਈ ਵਰਤਿਆ ਜਾਂਦਾ ਹੈ। ਠੀਕ ਹੈ, ਕੰਟਰੋਲ ਪਲੱਸ ਏ ਹੈ ਇਹ ਆਲ ਸਿਲੈਕਟ ਦੇ ਲਈ, ਜਦੋਂ ਸਾਰੇ ਚੀਜ਼ਾਂ ਆਪਾਂ ਨੇ ਸਿਲੈਕਟ ਕਰਨੀਆਂ ਹੋਵੇ ਆਲ ਸਿਲੈਕਟ ਉਹਦੇ ਲਈ ਵਰਤਿਆ ਜਾਂਦਾ ਹੈ। ਕੰਟਰੋਲ ਪਲੱਸ ਵੀ ਤੁਹਾਨੂੰ ਦੱਸ ਦਿੱਤਾ ਪੇਸਟ ਕਰਨ ਦੇ ਲਈ ਵਰਤਿਆ ਜਾਂਦਾ। ਠੀਕ ਹੈ, ਅਗਲਾ ਕੁਸ਼ਚਨ ਆਪਣੇ ਕੋਲ, ਤੁਸੀਂ ਡੈਸ਼ ਦਬਾ ਕੇ ਐਮ ਐਸ ਐਕਸਲ ਵਰਕਸ਼ੀਟ ਵਿੱਚ ਹਰੇਕ ਕਤਾਰ ਚੁਣੇ ਸਕਦੇ ਹੋ, ਦੱਸਣਾ ਤੁਸੀਂ ਕੀ ਦੱਬਣਾ ਪੈਂਦਾ ਤੁਹਾਨੂੰ ਉਸ ਦੇ ਲਈ। ਸਹੀ ਆਂਸਰ ਹੋਵੇਗਾ ਇਸਦਾ F8 ਪਲੱਸ ਐਰੋ। ਠੀਕ ਹੈ, ਅਗਲਾ ਕੁਸ਼ਚਨ, ਐਮ ਐਸ ਪਾਵਰ ਪੁਆਇੰਟ 2007 ਲਈ ਡਿਫਾਲਟ ਫਾਈਲ ਐਕਸਟੈਂਸ਼ਨ ਕਿਹੜੀ ਹੈ? ਬਹੁਤ ਇੰਪੋਰਟੈਂਟ ਹੈ ਇਹ ਦੱਸਣਾ ਤੁਸੀਂ। ਠੀਕ ਹੈ, ਐਮ ਐਸ ਪਾਵਰ ਪੁਆਇੰਟ ਦੇ ਲਈ ਕਿਹੜੀ ਹੈ? ਸਹੀ ਆਂਸਰ ਦੱਸੋ ਇਸਦਾ। ਸਹੀ ਆਂਸਰ ਹੈ PPTX। ਠੀਕ ਹੈ, ਇਹ PPTX ਹੈ, ਡੋਕ ਐਕਸ ਹੈ ਜਿਹੜੀ ਇਹ ਵਰਡ ਦੇ ਲਈ ਹੈ ਐਕਸਟੈਂਸ਼ਨ ਜਿਹੜੀ। ਠੀਕ ਹੈ, ਜਿਹੜੀ ਐਕਸਲ ਦੇ ਲਈ ਹੁੰਦੀ ਐਕਸਟੈਂਸ਼ਨ, ਐਕਸਲ ਹੈ ਜਿਹੜਾ ਆਪਣਾ ਉਸਦੇ ਲਈ ਐਕਸਟੈਂਸ਼ਨ ਕਿਹੜੀ ਹੁੰਦੀ ਹੈ? XLS। ਠੀਕ ਹੈ, ਇਹ ਹੁਣ ਐਕਸ ਵੀ ਆਉਣੇ, ਹੁਣ ਐਕਸ ਮੈਂ ਤੁਹਾਨੂੰ ਦੱਸ ਦਿੰਦਾ ਕਿਵੇਂ ਹੈ ਇਹ। ਜਿਹੜੀ ਤਾਂ 2007 ਵਿੱਚ ਆਇਆ ਸੀਗਾ ਐਮ ਐਸ ਵਰਡ ਪਾਵਰ ਪੁਆਇੰਟ, ਅਤੇ ਇੱਕ 2011 ਵਿੱਚ। ਠੀਕ ਹੈ, ਜਿਹੜੇ 2007 ਵਾਲੇ ਉਹਨਾਂ ਵਿੱਚ ਤਾਂ ਜਿਵੇਂ ਪਾਵਰ ਪੁਆਇੰਟ ਦੀ ਹੈ PPT, ਵਰਡ ਦੀ ਹੈ ਡੋਕ, ਅਤੇ ਐਕਸਲ ਦੀ ਹੈ XLS। ਪਰੰਤੂ ਜਿਹੜੇ 2011 ਇਹਨਾਂ ਵਿੱਚ ਸਾਰਿਆਂ ਦੇ ਨਾਲ ਨਾ ਐਕਸ ਲੱਗ ਗਿਆ, PPTX, ਡੋਕ ਐਕਸ ਅਤੇ XLS। ਠੀਕ ਹੈ, ਇਸੇ ਕਰਕੇ ਹੀ ਹੁਣ ਤੁਸੀਂ ਦੇਖਿਆ ਹੋਣਾ ਕਿ ਮਤਲਬ ਐਕਸ ਲੱਗਿਆ ਹੁੰਦਾ, ਇਸ ਵਿੱਚ ਕਨਫਿਊਜ਼ ਨਾ ਹੋਇਓ। ਠੀਕ ਹੈ, ਅਗਲਾ ਕੁਸ਼ਚਨ ਆਪਣੇ ਕੋਲ ਆ ਗਿਆ, ਫਾਇੰਡ ਅਤੇ ਰਿਪਲੇਸ ਯੂਟੀਲਿਟੀ ਵਿੱਚ ਮਤਲਬ ਕੀ ਡੈਸ਼ ਵਿੱਚ ਉਪਲਬਧ ਹੁੰਦਾ ਹੈ, ਕਿਹੜੇ ਵਿੱਚ ਉਪਲਬਧ ਹੁੰਦਾ ਇਹਨਾਂ ਵਿੱਚ ਦੱਸਣਾ ਤੁਸੀਂ। ਸਹੀ ਆਂਸਰ ਦੱਸੋ ਇਸ ਵਿੱਚ। ਠੀਕ ਹੈ, ਸਹੀ ਆਂਸਰ ਹੈ ਆਲ ਆਫ ਦੀਜ਼। ਠੀਕ ਹੈ, ਐਮ ਐਸ ਵਰਡ, ਐਮ ਐਸ ਐਕਸ, ਐਮ ਐਸ ਪਾਵਰ ਪੁਆਇੰਟ, ਇਹਨਾਂ ਸਾਰਿਆਂ ਵਿੱਚ ਜੇ ਕੁਝ ਆਪਾਂ ਨੇ ਫਾਇੰਡ ਅਤੇ ਰਿਪਲੇਸ ਕਰਨਾ ਹੈ ਇਹ ਉਸਦੀ ਮਤਲਬ ਕਿ ਉਪਲਬਧ ਹੁੰਦਾ ਤਿੰਨਾਂ ਵਿੱਚ। ਕੰਟਰੋਲ ਪਲੱਸ F ਜਿਹੜਾ ਇਹ ਇਸਦਾ ਸ਼ਾਰਟਕੱਟ ਹੈ ਫਾਇੰਡ ਦਾ। ਠੀਕ ਹੈ, ਅਗਲਾ ਕੁਸ਼ਚਨ ਆਪਣੇ ਕੋਲ, ਐਮ ਐਸ ਆਫਿਸ ਵਿੱਚ ਆਪਣੀ ਆਖਰੀ ਕਾਰਵਾਈ ਪੈਦਾ ਕਰਨ ਦੇ ਲਈ ਕੀ ਦੱਬੋਗੇ ਤੁਸੀਂ? ਮਤਲਬ ਕਿ ਆਖਰੀ ਕਾਰਵਾਈ, ਪਤਾ ਇਹਨੂੰ ਕੀ ਕਿਹਨੂੰ ਕਹਿ ਦਿੰਦੇ ਆ ਪੰਜਾਬੀ 'ਚ ਕਰਵਾ ਰਹੇ ਇੱਥੇ, ਇਹ ਆਖਰੀ ਕਾਰਵਾਈ ਅੰਡੂ ਹੋ ਗਿਆ ਤੁਹਾਡਾ। ਠੀਕ ਹੈ, ਦੱਸਣਾ ਤੁਸੀਂ ਕਿਹੜਾ ਵਰਤ ਹੁੰਦਾ ਅੰਡੂ ਦੇ ਲਈ? ਕੰਟਰੋਲ ਪਲੱਸ ਜੈੱਡ। ਆਖਰੀ ਕਾਰਵਾਈ ਮਤਲਬ ਤੁਸੀਂ ਜੇ ਬੇਸਿਕ 'ਚ ਆ ਜਾਓ ਤੁਸੀਂ ਅੰਡੂ ਨੂੰ ਕਹਿੰਦੇ ਆ। ਠੀਕ ਹੈ, ਅੰਡੂ ਲਈ ਆਪਾਂ ਕੀ ਵਰਤਦੇ ਹਾਂ? ਕੰਟਰੋਲ ਪਲੱਸ ਜੈੱਡ, ਅਤੇ ਅੰਡੂ ਨੂੰ ਦੁਆਰੇ ਫਿਰ ਪਹਿਲਾਂ ਵਾਂਗ ਹੀ ਕਰਨਾ ਤਾਂ ਉਸਨੂੰ ਕਹਿ ਦਿੰਦੇ ਆਪਾਂ ਰੀਡੂ। ਠੀਕ ਹੈ, ਰੀਡੂ ਦੇ ਲਈ ਆਪਾਂ ਕੀ ਵਰਤਦੇ ਹਾਂ? ਰੀਡੂ ਦੇ ਲਈ ਆਪਾਂ CTRL ਮਤਲਬ ਕੰਟਰੋਲ ਪਲੱਸ Y ਵਰਤਦੇ ਹਾਂ। ਠੀਕ ਹੈ, ਅਗਲਾ ਕੁਸ਼ਚਨ ਆਪਣੇ ਕੋਲ ਆ ਗਿਆ, ਐਮ ਐਸ ਸਕਸੈਸ ਵਿੱਚ ਕਿਸੇ ਟੇਬਲ ਨੂੰ ਦਿਖਾਉਣ ਦੇ ਲਈ ਵੱਖ ਵੱਖ ਦ੍ਰਿਸ਼ ਹੁੰਦੇ ਹਨ, ਕੀ ਹੈ ਇਸਦਾ ਸਹੀ ਆਂਸਰ ਦੱਸੋ। ਇਸਦਾ ਸਹੀ ਆਂਸਰ ਹੈ ਆਲ ਆਫ ਦ ਅਬਵ। ਮਤਲਬ ਐਮ ਐਸ ਸਕਸੈਸ ਵਿੱਚ ਕਿਸੇ ਟੇਬਲ ਨੂੰ ਡਾਟਾ ਸ਼ੀਟ ਵਿਊ ਰਾਹੀਂ ਵੀ ਦਿਖਾਇਆ ਜਾ ਸਕਦਾ ਹੈ, ਡਿਜ਼ਾਇਨ ਵਿਊ ਰਾਹੀਂ ਵੀ ਦਿਖਾ ਸਕਦਾ, ਜਾਂ ਫਿਰ ਪਾਈਵੋਟ ਟੇਬਲ ਐਂਡ ਪਾਈਵੋਟ ਚਾਰਟ ਵਿਊ ਦੇ ਰਾਹੀਂ ਵੀ ਦਿਖਾਇਆ ਜਾ ਸਕਦਾ। ਠੀਕ ਹੈ, ਅਗਲਾ ਕੁਸ਼ਚਨ ਆਪਣੇ ਕੋਲ, ਐਮ ਐਸ ਵਰਡ 2007 ਫਾਈਲਾਂ ਲਈ ਡਿਫਾਲਟ ਫਾਈਲ ਐਕਸਟੈਂਸ਼ਨ ਕਿਹੜੀ ਹੁੰਦੀ ਹੈ? ਸਹੀ ਦੱਸਣਾ ਆਪਾਂ ਨੇ, ਐਮ ਐਸ ਵਰਡ ਵਿੱਚ ਮੈਂ ਤੁਹਾਨੂੰ ਜਿਵੇਂ ਦੱਸ ਕੇ ਹਟਿਆ ਹੈ ਇਹ ਹੈ 2000, ਸੋਰੀ ਇਹ ਗਲਤ ਆ ਗਿਆ ਆਂਸਰ ਇੱਥੇ, ਇਹ ਹੈ ਡੋਕ। ਠੀਕ ਹੈ, ਡੋਕ ਜਿਹੜੀ 2007 ਵਿੱਚ ਹੁੰਦਾ ਹੈ ਉਹ ਡੋਕ ਸੀ, ਅਤੇ 2007 ਤੋਂ ਬਾਅਦ ਜਿਹੜੀਆਂ ਹੁਣ ਜਿੰਨੀਆਂ ਵੀ ਆ ਰਹੀਆਂ ਉਹ ਡੋਕ ਐਕਸ ਆਉਣ ਲੱਗੀਆਂ ਸਾਰੀਆਂ। ਠੀਕ ਹੈ, ਇਹ ਸਹੀ ਆਂਸਰ ਹੈ ਇਸਦਾ। ਅਗਲਾ ਕੁਸ਼ਚਨ ਆਪਣੇ ਕੋਲ, ਐਮ ਐਸ ਵਰਡ ਵਿੱਚ ਇੱਕ ਨਵਾਂ ਪੇਜ ਸ਼ੁਰੂ ਕਰਨ ਲਈ ਕਿਹੜੀ ਕੀ ਨੂੰ ਦਬਾਉਣਾ ਪੈਂਦਾ ਹੈ? ਐਮ ਐਸ ਵਰਡ ਵਿੱਚ ਜੇਕਰ ਤੁਸੀਂ ਨਵਾਂ ਪੇਜ ਸ਼ੁਰੂ ਕਰਨਾ ਹੈ ਕਿਹੜੀ ਕੀ ਦੱਬਣੀ ਪੈਂਦੀ ਹੈ? ਸਹੀ ਆਂਸਰ ਹੈ ਇਸਦਾ ਕੰਟਰੋਲ ਪਲੱਸ ਐਂਟਰ ਦੱਬ ਕੇ ਤੁਸੀਂ ਇੱਕ ਨਵੀਂ ਕੀ ਸ਼ੁਰੂ ਕਰ ਇੱਕ ਨਵਾਂ ਕੀ ਜਿਹੜਾ ਮਤਲਬ ਕਿ ਨਵਾਂ ਪੇਜ ਸ਼ੁਰੂ ਕਰ ਸਕਦੇ ਹੋ। ਅਗਲਾ ਕੁਸ਼ਚਨ, ਤੁਸੀਂ ਡੈਸ਼ ਦੱਬ ਕੇ ਐਮ ਐਸ ਐਕਸਲ ਵਰਕਸ਼ੀਟ ਵਿੱਚ ਚਲਤ ਕਤਰ ਨੂੰ ਚੁਣ ਸਕਦੇ ਹੋ, ਮਤਲਬ ਜਿਹੜੀ ਚਾਲੂ ਵਾਲਾ ਐਕਸਲ ਸੈੱਲ ਹੁੰਦਾ ਉਹਨੂੰ ਚੁਣ ਸਕਦੇ ਹੋ ਐਕਸਲ ਵਿੱਚ। ਸਹੀ ਆਂਸਰ ਕੀ ਹੋਵੇਗਾ ਇਸਦਾ? ਸਹੀ ਆਂਸਰ ਹੋਵੇਗਾ ਸ਼ਿਫਟ ਪਲੱਸ ਸਪੇਸ ਬਾਰ। ਠੀਕ ਹੈ, ਅਗਲਾ ਕੁਸ਼ਚਨ, ਮਾਈਕਰੋਸਾਫਟ ਆਫਿਸ ਵਿੱਚ ਕਿਸੇ ਦਸਤਾਵੇਜ਼ ਵਿੱਚ ਕੰਟੈਂਟਸ ਦੀ ਕਾਪੀ ਲਈ ਕੀਤੀ ਗਈ ਪੇਸਟਿੰਗ ਜਾਂ ਲਈ ਸ਼ਾਰਟਕੱਟ ਕੀ ਕਿਹੜੀ ਹੈ? ਇਹ ਦੱਸਣੀ ਹੈ ਤੁਸੀਂ, ਸ਼ਾਰਟਕੱਟ ਕੀ ਹੈ ਇਸ ਦੇ ਲਈ? ਕੰਟਰੋਲ ਪਲੱਸ ਵੀ, ਜੋ ਕੋਈ ਚੀਜ਼ ਕਾਪੀ ਕਰ ਲਈ ਹੈ ਤਾਂ ਆਪਾਂ ਨੇ ਉਹਨੂੰ ਪੇਸਟ ਕਰਨਾ, ਉਹਦੇ ਲਈ ਸ਼ਾਰਟਕੱਟ ਕੀ ਹੈ? ਪੇਸਟ ਦੇ ਲਈ ਕੰਟਰੋਲ ਪਲੱਸ ਵੀ। ਠੀਕ ਹੈ, ਅਗਲਾ ਕੁਸ਼ਚਨ, WLL ਦਾ ਪੂਰਾ ਨਾਮ ਦੱਸਣਾ ਹੈ ਤੁਸੀਂ। WLL ਦਾ ਪੂਰਾ ਨਾਮ, ਸਹੀ ਆਪਸ਼ਨ ਹੈ ਇਸਦਾ, ਵਾਇਰਲੈਸ ਇਨ ਲੋਕਲ ਲੂਪ। ਠੀਕ ਹੈ, ਇਹ ਪੰਜਾਬੀ ਵਿੱਚ ਆ ਗਿਆ ਵਾਇਰਲੈਸ। ਠੀਕ ਹੈ, ਇਨ ਆ ਗਿਆ, ਇਹਦਾ ਮਤਲਬ ਕਿ ਸ਼ਾਰਟ ਫੋਰਮ ਕੋਈ ਨਹੀਂ ਹੈ, ਐਲ ਅਤੇ ਲੋਕਲ, ਐਲ ਅਤੇ ਲੂਪ। ਠੀਕ ਹੈ, ਸਹੀ ਆਂਸਰ ਹੋ ਗਏ ਇਹ। ਹੁਣ ਤੁਹਾਡੇ ਜਿਹੜੇ 20 ਕੁਸ਼ਚਨ ਕੰਪਿਊਟਰ ਦੇ ਹੋ ਗਏ। ਠੀਕ ਹੈ, ਇਸ ਤੋਂ ਇਲਾਵਾ ਪੰਜਾਬ GK ਦੀ ਤਿਆਰੀ ਤੁਸੀਂ ਚੈਨਲ 'ਤੇ ਪਲੇਲਿਸਟਾਂ ਬਣੀ ਹੋਈ ਉੱਥੋਂ ਦੇਖ ਸਕਦੇ ਹੋ। ਅੱਗੇ ਵੀ ਲਗਾਤਾਰ ਤੁਹਾਡੇ ਲਈ ਵੀਡੀਓ ਆਉਂਦੀ ਰਹਿਣਗੇ, ਇਸ ਲਈ ਚੈਨਲ ਨੂੰ ਸਬਸਕ੍ਰਾਈਬ ਕਰਕੇ ਬੈਲ ਆਈਕਨ ਨੂੰ ਜੁੜ ਦਵਾ ਲਿਓ। ਅੱਜ ਦੀ ਵੀਡੀਓ ਚੈਨਲ ਹੀ, ਧੰਨਵਾਦ।